ਲੋ ਵੀ ਅਗਲੀ ਲੜਾਈ ਜਿਹੜੀ ਗਲੀਆਂ ਮੱਲੇ 'ਚ ਹੋਣੀ ਆ ਆਂਡੀਆਂ ਗੁਆਂਡੀਆਂ ਨਾਲ ਹੋਣੀ ਆ ਕਾਰਾਂ ਦੀ ਹੋਣੀ ਆ ਪਾਰਕਿੰਗ ਦੀ ਦਿੱਲੀ 'ਚ ਬੁਰਾ ਹਾਲ ਹੈ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਹੁੰਦੀ ਅਤੇ ਲੁਧਿਆਣੇ ਵੀ ਇਹੀ ਗੱਲ ਹੋ ਰਹੀ ਹੈ ਉਹ ਜਿਹੜੇ ਬਜ਼ੁਰਗ ਸਨ ਉਹਨੇ ਕਦੇ ਸੋਚਿਆ ਨਹੀਂ ਸੀ ਵੀ ਇੱਥੇ ਗੱਡੀਆਂ ਵੀ ਆਉਣਗੀਆਂ ਉਹਨਾਂ ਤਾਂ ਘੋੜੇ ਵਾਲੀਆਂ ਖੱਚਰਾਂ ਵਾਲੀਆਂ ਗੱਡਿਆਂ ਵਾਲੀਆਂ ਟਾਂਗੇ ਵਾਲੀਆਂ ਸੜਕਾਂ ਬਣਾਈਆਂ ਸਨ ਪਰ ਇੱਥੇ ਤਾਂ ਲੋਕ ਘਰ ਘਰ ਹੁਣ ਗੱਡੀਆਂ ਲੈ ਕੇ ਘੁੰਮਦੇ ਨੇ ਹੈ ਵੀ 20 ਫੁੱਟੀਆਂ ਤੁਹਾਡੇ ਸੜਕਾਂ ਨੇ 25 ਫੁੱਟੀਆਂ ਤੁਹਾਡੇ ਸੜਕਾਂ ਨੇ ਗੱਡੀਆਂ ਚੱਕ ਲਈਆਂ ਅਤੇ ਫਿਰ ਗੱਲਾਂ ਕਿੱਦਾਂ ਦੀ ਹੋਣਗੀਆਂ ਕਿਸੇ ਘਰ ਅੱਗੇ ਦੀ ਗੱਡੀ ਆਉਂਦੀ ਉਹ ਭਾਈ ਉਹ ਮੇਰੇ ਘਰ ਅੱਗੇ ਗੱਡੀ ਨਾ ਲਾਓ ਭਾਅ ਜੀ ਲਾ ਲੈਂਦੇ ਇੱਕ ਮਿੰਟ ਨਹੀਂ ਨਹੀਂ ਤੂੰ ਬਿਲਕੁਲ ਗੱਡੀ ਨਹੀਂ ਮੇਰੇ ਘਰ ਅੱਗੇ ਲਾਉਣੀ ਹੈਗੀ ਉਹ ਫਿਰ ਉਹ ਤੇਰੇ ਪਿਓ ਦੀ ਸੜਕ ਆ ਅਤੇ ਫਿਰ ਉਧਰ ਬੋਲੂਗੇ ਅੰਦਰੋਂ ਇਹਨੂੰ ਸਮਝਾ ਦੇ ਜਾਂਦੇ ਪਿਓ ਦੀ ਸੜਕ ਹੈ ਕਿ ਸਾਡੀ ਸੜਕ ਹੈਗੀ ਫਿਰ ਬੀਬੀਆਂ ਦੀ ਆਵਾਜ਼ ਆਊਗੀ ਅਤੇ ਅੰਦਰ ਬੰਦਿਆਂ ਦੀ ਆਵਾਜ਼ ਫਿਰ ਡਾਂਗਾਂ ਚੱਲਣਗੀਆਂ ਫਿਰ ਇੱਟਾਂ ਚੱਲਣਗੀਆਂ ਫਿਰ ਸ਼ੀਸ਼ੇ ਭੰਨਣਗੇ ਇਹ ਲੜਾਈ ਅੱਗੇ ਹੋਣ ਵਾਲੀ ਹੈ ਪਾਰਕਿੰਗ ਦੇ ਉੱਤੇ ਹੈ ਤੇਰੇ ਪਿਓ ਦੀ ਸੜਕ ਉਹ ਤੇਰੇ ਪਿਓ ਦੀ ਸੜਕ ਹੈ ਤੂੰ ਮੁੱਲ ਲਈ ਹੈ ਸੜਕ ਆਪਣੇ ਘਰ ਅੱਗੇ ਖੜੀ ਕਰ ਤੇਰਾ ਘਰ ਥੋੜ੍ਹੀ ਆ ਗੁਆਂਢੀਆਂ ਦਾ ਘਰ ਆ ਯਾਰ ਇੱਦਾਂ ਦੀ ਲੜਾਈਆਂ ਹੋਣੀਆਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਸਿਰ ਪੱਟਣੇ ਹੈਗੇ ਆ ਪਰ ਥਾਣੇ ਜਾਊਗੇ ਥਾਣੇ ਵਾਲੇ ਕਹਿੰਦੇ ਅਸੀਂ ਕੀ ਕਰੀਏ ਆਪਣੀ ਤੇ ਤੁਹਾਡੀ ਲੜਾਈ ਆ ਥਾਣੇ ਵਾਲੇ ਦਾ ਰਿਪੋਰਟ ਲਿਖਦੇ ਹੀ ਨਹੀਂ ਹੈਗੇ ਮਰੋ ਫਿਰ MLA ਕਟਾਓ ਥਾਣੇ ਜਾਓ ਫਿਰ ਤੁਹਾਡੇ ਸਿਰ ਪੱਟਣਗੇ ਤੁਸੀਂ ਵੱਡੀ ਲੜਾਈ ਲੜ ਕੇ ਥਾਣੇ ਜਾਓਗੇ ਤਾਂ ਤੁਹਾਡੀ ਸੁਣਵਾਈ ਹੋਊਗੀ ਛੋਟੀ ਲੜਾਈ ਤਾਂ ਥਾਣੇਦਾਰ ਵੀ ਕੁਛ ਨਹੀਂ ਸਮਝਦਾ ਯਾਰ ਹੁਣ ਹੁਣ ਜਿਹੜੀ ਲੜਾਈ ਆ ਕਾਰਾਂ 'ਤੇ ਹੋਊਗੀ ਪਾਰਕਿੰਗ 'ਤੇ ਹੈ ਤੇਰੇ ਪਿਓ ਦੀ ਸੜਕ ਹੋਊਗੀ ਤੇਰੇ ਪਿਓ ਦੀ ਸੜਕ ਹੈ ਉਹੀ ਲੜਾਈ ਤਾਂ ਇਹੀ ਹੋਣੀ ਹੁਣ ਕਾਰਾਂ ਦੀ ਹੋਣੀ ਪਾਰਕਿੰਗ ਦੀ ਸੜਕਾਂ 20-20 ਫੁੱਟ ਦੀਆਂ ਨੇ ਕਾਰ ਘਰ ਘਰ ਰੱਖ ਲਈ ਲੋਕਾਂ ਨੇ 20 ਸਾਲ ਪੁਰਾਣੀ ਕਿਸੇ ਕੋਲ 15 ਸਾਲ ਪੁਰਾਣੀ ਕਾਰ ਹੈ ਔਰ ਕੀ ਯਾਰ ਬੰਦਾ ਬੜਾ ਵੀ ਦੇਖਦਾ ਅੰਦਰ ਮਾਰ ਯਾਰ ਪਿੱਛੇ ਬੰਦਾ ਮੈਨੂੰ ਬੜਾ ਦੇਖਦਾ ਹੈ ਲੈ ਜਾਣਦੇ ਹੁਣ ਯਾਰ ਹੈ ਬਈ ਲੜਾਈ ਜਿਹੜੀ ਨਾ ਕਾਰਾਂ ਦੀ ਜਿਹੜੀ ਹੋਊਗੀ ਦੱਸ ਦਈਓ ਪੁਲਿਸ ਨਹੀਂ FIR ਕਰੂਗੀ ਨਾ ਇਹਨੇ ਸੁਣਵਾਈ ਕਰਨੀ ਮਹੱਲੇ ਵਾਲੇ ਵੀ ਅੰਦਰ ਵੜ ਜਾਣਗੇ ਸਾਰੇ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ ਕੁਛ ਨਹੀਂ ਹੋਣ ਵਾਲਾ ਤੁਸੀਂ ਜਦ ਨਿਆਣੇ ਹੋਰ ਜੰਮਦੇ ਪੈਣ ਜਿਹੜੇ ਛੇੜੇ ਛੋਟੇ ਉਹਨਾਂ ਬਾਰੇ ਸੋਚ ਲਓ ਉਹ ਕਿੱਥੇ ਰਹਿਣਗੇ ਅਤੇ ਕਿੱਦਾਂ ਲੜਨਗੇ ਕਿੱਦਾਂ ਮਰਨਗੇ ਜਾਂ ਜੰਮਣੀ ਬੰਦ ਕਰ ਦਿਓ ਅੱਗੇ ਆਉਣ ਵਾਲਾ ਟਾਈਮ ਬੜਾ ਮਾੜਾ